ਬਿਲਕੁਲ ਜੀ, ਤੇ ਜਿਵੇਂ ਕਿ ਸਾਡੇ ਸਰੋਤੇ ਇਸ ਟਾਈਮ ਫੋਨ ਕਰਕੇ ਸਾਨੂੰ ਗੱਲਬਾਤ ਕਰਦੇ ਸੀ ਵੀ ਸਾਡੀ ਇੱਛਾ ਵੀ ਅਸੀਂ ਪੈਸੇ ਭੇਜੀਏ ਇੰਡੀਆ, ਜੋ ਕਿ ਕਿਸਾਨ ਜਿਹੜੇ ਵੀਰ ਸਾਡੇ ਦਿੱਲੀ ਪਹੁੰਚੇ ਹੋਏ ਆ ਉਹਨਾਂ ਨੂੰ ਅਸੀਂ ਮਦਦ ਕਰ ਸਕੀਏ। ਤੇ ਦੱਸਣਾ ਚਾਹਾਂਗੇ ਜੀ, ਖਾਲਸਾ ਏਡ ਜਿਹੜਾ ਕੈਨੇਡਾ ਦਾ ਖਾਲਸਾ ਏਡ ਦੀ ਟੀਮ ਹੈ, ਪਿਛਲੇ 2 ਮਹੀਨਿਆਂ ਤੋਂ ਤੁਸੀਂ ਇਹ ਕੰਮ ਕਰ ਰਹੇ ਨੇ ਜੀ। ਤੁਸੀਂ ਉਹਨਾਂ ਨੂੰ ਪੈਸੇ ਈਮੇਲ ਰਾਹੀਂ ਟ੍ਰਾਂਸਫਰ ਇੰਟਰੈਕਟ ਵੀ ਕਰ ਸਕਦੇ ਹੋ, ਤੇ ਜਿਹੜੇ ਪੈਸੇ ਉਹਨਾਂ ਕੋਲ ਪਹੁੰਚਦੇ ਨੇ ਤੇ ਉਹ ਪੈਸੇ ਉਹ ਵਰਤਦੇ ਨੇ ਆਪਣੇ ਕਿਸਾਨ ਭਰਾਵਾਂ ਦੇ ਲਈ ਖਾਣ ਪੀਣ ਲਈ, ਜਿਹੜਾ ਵੀ ਰਾਸ਼ਨ ਪਾਣੀ ਜਾਂ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਉਹ ਸਿੱਧੇ ਡਾਇਰੈਕਟ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਪਹੁੰਚਦੇ ਨੇ। ਤੇ ਤੁਸੀਂ ਬੜਾ ਵਧੀਆ ਇੱਕ ਚੀਜ਼ ਨੋਟ ਕਰਕੇ ਭੇਜਣੀ ਹੈ ਜੀ, ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ, ਜੇ ਫਿਰ ਵੀ ਨਾ ਪਤਾ ਲੱਗੇ ਅਸੀਂ ਤੁਹਾਨੂੰ ਮੈਸੇਜ ਵੀ ਕਰ ਦਾਂਗੇ। office.canada@khalsaaid.org ਤੇ ਈਮੇਲ ਕਰੋ ਤੇ ਲਿਖਣਾ ਕੀ ਹੈ, ਪੰਜਾਬ ਫਾਰਮਰਸ। ਕੀ ਬਾਤ ਹੈ, ਪੰਜਾਬ ਫਾਰਮਰਸ ਲਿਖੋ ਜੀ, ਤੇ ਈਮੇਲ ਅਸੀਂ ਇੱਕ ਵਾਰ ਆਪਣੇ ਪੇਜ ਦੇ ਉੱਤੇ ਵੀ ਸ਼ੇਅਰ ਕਰ ਦਾਂਗੇ, office.canada@khalsaaid.org ਤੇ ਤੁਸੀਂ ਜਾ ਕੇ ਆਪਣੇ ਪੈਸੇ ਜਿੰਨੇ ਵੀ ਚਾਹੋ ਸੰਪਰਕ ਕਰਕੇ ਈਮੇਲ ਰਾਹੀਂ ਭੇਜ ਸਕਦੇ ਹੋ, ਤੇ ਉਹ ਬਣਦੇ ਪੈਸੇ ਵਧੀਆ ਕਿਸਾਨਾਂ ਦੀ ਮਦਦ ਦੇ ਲਈ ਇੰਡੀਆ ਦੇ ਵਿੱਚ ਉਹਨਾਂ ਨੂੰ ਦਿੱਤੇ ਜਾਣਗੇ ਜੀ। ਬਸ ਬਿਲਕੁਲ ਮਿੱਤਰੋ, ਇਹ ਜਿਹੜਾ ਖਾਲਸਾ ਏਡ ਵੱਲੋਂ ਮੇਜਰਲੀ ਜਿਹੜਾ ਕੰਮ ਕੀਤਾ ਜਾ ਰਿਹਾ, ਕਿਉਂਕਿ ਜਿਹੜੇ ਕਿਸਾਨ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਖਾਣ ਪਾਣ ਵਾਸਤੇ ਇਹ ਪੈਸਾ ਯੂਜ਼ ਕੀਤਾ ਜਾ ਰਿਹਾ ਹੈਗਾ, ਅਤੇ ਗਲਤ ਆਂਸਰ ਜਾਂ ਗਲਤ ਲੋਕ ਇਹਨਾਂ ਚੀਜ਼ਾਂ ਨੂੰ ਕਿਸੇ ਵੀ ਤਰੀਕੇ ਨਾਲ ਲੈ ਸਕਦੇ ਨੇ, ਪਰ ਇਹ ਸਿਰਫ ਉਹਨਾਂ ਦੇ ਲੰਗਰ ਵਾਸਤੇ ਜਾਂ ਉੱਥੇ, ਕਿਉਂਕਿ ਸਰਦੀਆਂ ਦਾ ਟਾਈਮ ਹੈ, ਕੰਬਲ ਲੈਣੇ ਨੇ, ਵੈਸੇ ਤਾਂ ਉਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਕੇ ਲੈ ਕੇ ਆਏ ਹੋਏ ਨੇ, ਪਰ ਫਿਰ ਵੀ ਜੋ ਵੀ ਜ਼ਰੂਰਤਮੰਦ ਚੀਜ਼ਾਂ ਉਹਨਾਂ ਦੇ ਵਾਸਤੇ ਹੋਣਗੀਆਂ, ਰਵੀ ਸਿੰਘ ਜੋ ਇਹਨਾਂ ਨੂੰ ਬਿਲਕੁਲ ਲੀਡ ਕਰਦੇ ਹੈਗੇ ਨੇ ਉਹਨਾਂ ਵੱਲੋਂ ਇਹ ਚੀਜ਼ ਚਲਾਈ ਜਾ ਰਹੀ ਹੈ। ਸਲਿਊਟ ਹੈ ਇਸ ਚੀਜ਼ ਨੂੰ, ਤੇ ਸਾਡੇ ਵੱਲੋਂ ਪੂਰਾ ਸਮਰਥਨ ਹੈ ਸਾਰੀਆਂ ਚੀਜ਼ਾਂ ਨੂੰ। ਉਹ ਇਹ ਦੇਸ਼ ਦੇ ਹਿੱਤ ਦੇ ਵਿੱਚ ਹੈ, ਇਹ ਦੇਸ਼ ਜਿਹੜੇ ਫਾਇਦੇ ਵਿੱਚ ਚੱਲੂਗਾ ਉਹਦੇ ਸਮਰਥਨ ਦੇ ਵਿੱਚ ਹੈ। ਆਓ ਚੱਲਦੇ ਹਾਂ ਅਗਲੀ ਕਾਲ ਦੇ ਵੱਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸ਼ਰਮਾ ਜੀ ਕੀ ਹਾਲ ਨੇ? ਸੌਰੀ ਥੋੜੀ ਜਿਹੀ ਆਵਾਜ਼ ਡਿਸਕਨੈਕਟ ਹੋ ਰਹੀ ਹੈ, ਇੱਕ ਮਿੰਟ ਹੋਲਡ ਕਰੋ, ਤੁਹਾਡੇ ਨਾਲ ਇੱਕ ਸਕਿੰਟ ਦੇ ਵਿੱਚ ਕਨੈਕਟ ਕਰਦੇ ਹਾਂ। ਹੋਰ ਕੀ ਹਾਲ ਹੈ? ਵਧੀਆ ਸਰ, ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਬਸ ਠੀਕ ਹੈ ਬੇਟਾ ਜੀ, ਬਹੁਤ ਤੁਸੀਂ ਕੁਛ ਦੱਸ ਦਿੰਦੇ ਹੋ ਕੱਲ ਦਾ ਮੌਸਮ। ਹਾਂਜੀ, ਸੋਚਣ ਲੱਗ ਪਈ ਹੈ ਵੀ ਕੱਲ ਬਾਰਿਸ਼ ਹੈ, ਯੇ ਹੈ। ਬਿਲਕੁਲ ਜੀ, ਕੱਲ ਨੂੰ ਥੋੜੀ ਸਨੋ ਹੈ, ਕੱਲ ਨੂੰ ਥੋੜੀ ਸਨੋ ਹੈ, ਥੋੜਾ ਧਿਆਨ ਰੱਖਣਾ। ਅੱਛਾ ਬੇਟਾ ਜੀ, ਓਕੇ ਜੀ, ਧਿਆਨ ਰੱਖਿਓ, ਥੈਂਕ ਯੂ। ਅੱਛਾ ਬੇਟਾ ਜੀ, ਬਿਲਕੁਲ ਧਿਆਨ ਰੱਖੋ ਜੀ, ਬਹੁਤ ਬਹੁਤ ਧੰਨਵਾਦ। ਤੇ ਬਸੀ ਸਾਹਿਬ ਵੀ ਕਾਲ ਤੇ ਜੁੜ ਚੁੱਕੇ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਲ ਵਧੀਆ, ਤੁਸੀਂ ਤਾਂ ਵਧੀਆ ਹਾਲ ਹੋਰ ਬਣਾਤਾ ਹੈ, ਰੌਣਕ ਲਾਈ ਹੈ। ਕੀ ਬਾਤ ਹੈ, ਕੀ ਧੰਨਵਾਦ ਜੀ, ਬਹੁਤ ਬਹੁਤ। ਕੋਈ ਚੀਜ਼ ਖਰੀਦਣੀ ਹੈ